ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਕਮਲ ਭਾਅ ਜੀ ਦੇ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵੈੜਾਂ ਵਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ 1 HF ਅਤੇ 2 ਤੁਹਾਨੂੰ ਜਰਸੀਆਂ ਦਿਖਾਉਣੀਆਂ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਹੁਣ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਹਾਂਜੀ, ਕਿਰਪਾ ਜੀ ਬਾਬੇ ਦੀ ਸਿੰਘ ਜੀ ਆ ਗਏ ਮੰਡੀ 'ਚੋਂ ਫਿਰ। ਹਾਂਜੀ ਹਾਂਜੀ, ਕਿੱਦਾਂ ਰਹੀ ਫਿਰ ਮੰਡੀ? ਵਧੀਆ, ਕਿਰਪਾ ਰਹੀ ਜੀ ਬਾਬੇ। ਮਾਲ ਤੇ ਜ਼ਿਆਦਾ ਸਾਰੇ ਵੇਚ ਆਏ ਜੀ। ਹਾਂਜੀ ਬਾਬੇ ਨਗਰੀ ਗਏ ਆ, ਤੁਹਾਨੂੰ ਪਤਾ ਫਿਰ ਕੋਈ। ਠੀਕ ਹੈ, ਸਾਰੇ ਉੱਥੇ ਦੂਰ ਦੂਰ ਤੋਂ ਗਾਹਕ ਹੁੰਦਾ ਕਾਫੀ, ਹੈ ਨਾ? ਹਾਂਜੀ ਹਾਂਜੀ, ਹੁਣ ਵੀ ਬੜੇ ਵੀਰਾਂ ਦੇ ਫੋਨ ਆਉਂਦੇ, ਉੱਥੇ ਨੰਬਰ ਲਏ ਸੀ। ਅੱਛਾ ਜੀ, ਤੁਹਾਡੇ ਕੋਲ ਮੱਝਾਂ ਲਵਾਂਗੇ, ਗਾਈਆਂ ਲਵਾਂਗੇ। ਠੀਕ ਠੀਕ ਹੈ, ਮੱਝਾਂ ਦੇ ਸੁੱਖਣਾ ਚਲੋ ਹੁਣ ਕੋਈ ਟੱਕਰੀ ਨਹੀਂ। ਅੱਛਾ, ਤੇ 5 ਕੁ ਗਾਹਕ ਹੈਗੇ ਆਪਣੇ ਕੋਲ, 50 ਦੇ, ਤੇ ਉਹਨਾਂ ਨੂੰ ਮੱਝਾਂ ਦੇਣੀਆਂ ਹਨ। ਅੱਛਾ ਅੱਛਾ, ਮੰਡੀ 'ਚੋਂ ਗਾਹਕ ਲੱਗੇ ਹੋਣੇ? ਹਾਂਜੀ ਮੰਡੀ 'ਚੋਂ ਲੱਗੇ। ਠੀਕ, ਮਤਲਬ ਪਹਿਲੀ ਮੰਡੀ ਲਾਈ ਸੀ, ਵਧੀਆ ਰਿਹਾ ਕਿ? ਵਧੀਆ ਰਿਹਾ ਕੰਮ, ਚਲੋ ਸਾਰੇ ਪਸ਼ੂ ਵੇਚ ਕੇ ਆਏ ਆ। ਵਿਸਾਖੀ ਤੇ ਫੇਰ ਜਾਓਗੇ ਕਿ? ਹਾਂਜੀ ਵਿਸਾਖੀ ਜਾਵਾਂਗੇ, ਹੁਣ ਲਾਇਆ ਕਰਾਂਗੇ। ਠੀਕ ਹੈ, ਐਰ ਕਦੇ ਭੇਦ ਭੂਦ ਹੀ ਪਿਆ ਪਹਿਲੀ ਵਾਰੀ, ਪਹਿਲੀ ਵਾਰੀ ਤਾਂ ਪਤਾ ਹੀ ਲੱਗਦਾ ਵਾ। ਹਾਂਜੀ, ਚਲੋ ਫਿਰ ਵੀ ਬੜਾ ਵਧੀਆ ਰਿਹਾ ਵਾ। ਠੀਕ ਹੈ ਜੀ, ਨਾਮ ਦੱਸ ਦਿਓ ਕਰੀ ਆਪਣਾ। ਨਾਮ ਕਮਲ ਜੀ। ਹਾਂਜੀ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਦੇ, ਤੇ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਦੇ। ਹਾਂਜੀ, ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ। 9151967 ਮੇਰਾ ਨੰਬਰ ਜੀ, ਇੱਥੇ WhatsApp ਚੱਲਦਾ ਜੀ। ਠੀਕ ਹੈ ਜੀ, ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ HF ਐਡ ਆ, ਕਾਫੀ ਸੋਹਣੇ ਪ੍ਰਿੰਟ ਵਾਲੀ ਆ, ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ, ਕਾਫੀ ਪਿਆਰਾ ਹੈ। ਕਿਨਵਾ ਸੁਆਜ ਵੀ ਜੀ ਇਹਦਾ? ਵੀ ਜੀ ਇਹ ਦੂਜੇ ਨੂੰ ਰਹਿਣ ਦੇ ਸੋਣਾ ਜੀ। ਅੱਛਾ, ਹਾਂਜੀ ਹਾਂਜੀ, ਪਿਛਲੇ ਦੋ ਇਹਨੇ 15-16 ਲੀਟਰ ਦੁੱਧ ਕੱਢਿਆ। ਅੱਛਾ, ਐਤਕਾਂ ਦੀ ਕਪੈਸਿਟੀ ਵੇਖੋ, 2 ਕਿਲੋ ਵੱਧਦੀ, 4 ਵੱਧਦੀ ਆ। ਅੱਛਾ, ਮੈਂ ਕਰਦੀ ਆ। ਠੀਕ ਹੈ, ਸੇਵਾ ਤੇ ਡਿਪੈਂਡ ਇਹ ਆ, ਤੇ ਚਲੋ ਸਾਹ ਤੇ। ਹਾਂਜੀ ਹਾਂਜੀ, ਵੈਸੇ 15 ਪਲੱਸ ਵਾਲੀ ਆ, ਬਾਕੀ ਹੁਣ ਮੌਸਮ ਵੀ ਦੁੱਧ ਵਾਲਾ ਵਾ ਜਿਹੜਾ। ਹਾਂਜੀ, ਲਿਆ ਤੋ ਵੀ ਚੰਗੀ ਹੈ ਨਸਲ ਜਾ। ਹਾਂਜੀ ਹਾਂਜੀ, ਪੂਰੀ ਆ, ਠੰਡੀ ਬਹੁਤ ਆ। ਠੀਕ ਹੈ ਜੀ, ਉਹੋ ਜੀ ਆ। ਹਾਂ ਦੇਖ ਸਕਦੇ ਜੀ, ਲਿਆ ਖੋਲੋ, ਹਾਂ ਫਿਰ ਤੋੜ ਦਈਏ। ਚੰਗੇ ਸੋਹਣੇ ਪ੍ਰਿੰਟ ਵਾਲੀ ਆ ਜਿਹੜੀ, ਚੰਗੀ ਤਿਆਰ ਹੁੰਦੀ ਥੱਲੇ। ਨੋਰਮਲ ਜਿਹੜਾ ਕਹਿੰਦੇ ਕਿ 15-16 ਲੀਟਰ ਤੇ ਜਿਹੜਾ ਚਵਾਈ ਜਾਊਗੀ, ਬਾਕੀ ਅੱਗੇ ਕੋਈ ਸਾਂਭ ਜਿੰਨੀ ਕੋਈ ਕਰ ਲਊਗਾ। ਆ ਦੂਰ ਤੋਂ ਹੀ ਇਹਦਾ ਪ੍ਰਿੰਟ ਇੱਕ ਵਾਰੀ ਦੇਖ ਸਕਦੇ ਜੀ। ਤੇ ਕੀ ਰੱਖਣਾ ਵੀ ਜੀ ਇਹਦਾ ਮੁੱਲ ਫਿਰ? ਮੁੱਲ ਵੀ ਜੀ ਚੋਣ ਨੂੰ ਭਾਵੇਂ ਦੁੱਧ ਭਾਵੇਂ 20 ਵੀ ਚਵਾਈ ਜਾਏ। ਅੱਛਾ, ਕਹਿਣ ਨਾਲ ਤੁਹਾਨੂੰ ਪਤਾ ਕੀ ਹੋਏ ਜੀ, ਕਹਿਣ ਜ਼ਬਾਨ ਨਾਲ ਕਹਿਣਾ ਆਪਾਂ 50 ਕਹਿ ਲਓ। ਹਾਂਜੀ ਹਾਂਜੀ, ਤੇ ਮੈਂ ਜਿਹੜੀ ਗੱਲ ਹੈ ਵੀ ਉਹ ਸੱਚੀ ਦੱਸੀ ਤੁਹਾਨੂੰ ਪਤਾ। ਹਾਂਜੀ ਹਾਂਜੀ, ਨਾਡੂ ਨਾ ਬੜੀਆਂ ਬਣੂ ਬੜੀਆਂ ਦੇ ਯਾਰ। ਠੀਕ ਹੈ ਜੀ, ਹਾਂਜੀ ਮੁੱਲ ਵੀ ਜੀ ਉਹਦਾ 60,000 ਦੀ ਆ ਬੈਡ। ਹਾਂਜੀ, ਚਲੋ ਮੁੰਡ ਮੁੰਡੀ ਵੇਖ ਕੇ ਆਏ ਆ, ਤੇ ਦੀਵਾਲੀ ਦੇ ਹਜੇ ਹੋਣੀ ਲੰਗੀ ਆ, ਪਰ ਫਿਰ ਵੀ ਉਹ ਰੱਖ ਦਿੰਦੇ ਆ। ਠੀਕ ਹੈ, 55,000 ਦੀ ਮੌਕੇ ਤੇ ਹੋਰ ਕਰ ਦੋਗੇ ਮਾਨਤਾ ਨਾਲ? ਹਾਂਜੀ ਕਰ ਦਾਂਗੇ। ਅੱਛਾ, ਪੂਰੇ 50 ਦੀ? ਪੂਰੇ 50 ਦੀ ਵੈੜ ਆਪ ਲੈ ਆਈ ਦੀ ਇਹੋ ਜੀ। ਅੱਛਾ, ਹਾਂਜੀ ਹਾਂਜੀ, ਉਧਰ ਮੰਡੀ ਹੁੰਦੀ ਤੇ ਫਿਰ ਉਧਰ 60 ਦੀ ਆਪ ਵੇਚ ਦੇਣੀ ਸੀ, ਉੱਥੇ ਪਰ ਟੱਕਰੀ ਨਹੀਂ ਉਦੋਂ। ਠੀਕ ਹੈ ਜੀ, ਹਾਂਜੀ ਹਾਂਜੀ। ਤੇ ਹੁਣ ਇੱਕ ਜਰਸੀ ਆ ਗਈ ਸੂਈ ਸਵਾਈ, ਕਿੰਨਾ ਕੁ ਚਿਰ ਹੋ ਗਿਆ ਵੀਰ ਜੀ ਇਹਨਾਂ ਸੂਈ ਨਾਲ? ਇਹਨੂੰ ਵੀਰ ਜੀ ਅੱਜ 5-6 ਦਿਨ ਹੋਣਾ ਜੀ। ਅੱਛਾ, ਨਾੜੂ ਨਾਲ ਦੇ ਵਿੱਚ ਤਾਜ਼ਾ ਬੱਚਾ ਜੀ। ਥਾਣੇ ਦੇ ਵੀ ਦੇਖ ਸਕਦੇ ਜੀ, ਲੱਗੇ ਬਹੁਤ ਚੰਗੀ ਜਰਸੀ ਆ, ਕਾਫੀ ਕਮਾਲ ਦਾ ਥਾਣਾ, ਚੰਗੀ ਦੂਰ ਦੂਰ ਚੰਗੇ ਗੈਸ ਤੇ ਲੱਗਾ। ਹਾਂ ਦੇਖ ਸਕਦੇ ਆ, ਬੱਚਾ ਕੀ ਵੇਚੀ ਇਹਦੇ ਮਗਰ? ਇਹਦੇ ਮਗਰ ਜਿਹੜਾ ਵੱਛਾ ਆ, ਇਹਦਾ ਚਵਾ ਕਹਿੰਦੇ ਦਿਖਾ ਦਈਏ ਤੇ ਫਿਰ ਹੀ ਤੋਰ ਕੇ ਤੁਹਾਨੂੰ ਦਿਖਾਉਂਦੇ। ਬਹੁਤ ਚੰਗੀ ਵੱਛੀ, ਦਿਖਾਓ ਇਹਦੀ ਚਵਾ ਫਿਰ, ਇਹਦਾ ਚਵਾ ਕੇ ਤੇ ਕੰਨੂ ਗੱਲਾਂ ਦੇ, ਪਿਛਲੇ ਥਣਾਂ ਦਾ ਚਵਾ ਦਿਖਾ ਦਿਓ। ਬਾਕੀ ਥਾਂ ਨਾ ਬੜਾ ਕਮਾਲ ਦਾ ਜਿਹੜਾ ਇਹਦਾ, ਤੇ ਮੌਕੇ ਤੇ ਕਿੰਨਾ ਤਿਆਰ ਵੀਰ ਜੀ ਹੁਣ ਇਹਦੇ ਕੋਲ? ਮੌਕੇ ਤੇ ਵੀਡੀਓ ਤੇ ਕੋ 9 ਲੀਟਰ ਬੋਲਾ ਵਾ। ਅੱਛਾ, ਦੁੱਧ 12 ਲੀਟਰ ਕਰ ਦਿਓ ਆਰਾਮ ਨਾਲ। ਤੇ ਕਿੰਨਾ ਕੁ? ਅੱਛਾ, 12 ਚਵਾਈ ਜਾਊਗੀ, ਤੋਰੋ ਹਾਂ ਫਿਰ ਇੱਕ, ਤੋਰ ਕੇ ਮੁੱਲ ਦੱਸਦੇ ਫਿਰ ਇਹਦਾ ਆਪਾਂ। ਨੌ ਲੀਟਰ ਜਿਹੜਾ ਮੌਕੇ ਦੇ ਤਿਆਰ ਦੱਸਦੇ ਆ, ਅਤੇ ਦੁੱਧ 12 ਲੀਟਰ ਜਿਹੜਾ ਕਹਿੰਦਾ ਚਵਾਈ ਜਾਊਗੀ। ਬਾਕੀ ਚੰਗੇ ਕੱਡ ਕਾਡ ਵਾਲੀ ਜਰਸੀ ਆ, ਜੇ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਆਪਾਂ।
ਕੀ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ ਆਪਾਂ ਮੁੱਲ ਵੀ ਜੀ ਇਹ ਵੜੀ ਵਛੀ ਦਾ 40,000 ਦੀ ਵੇਚ ਦੇਈਦੀ ਆ ਹਾਂਜੀ ਆਪਾਂ ਵਛੀ ਦੇ ਦਾਂਗੇ 35,000 ਦੀ 35,000 ਦੀ ਉਹ ਚ 2,000 ਛੋੜ ਕਰਾਂਗੇ 33,000 ਦੀ ਦੇ ਦੋਗੇ 33,000 ਦੀ ਹਾਂ ਨਾ ਵਛੀ ਦੇ ਦਾਂਗੇ ਠੀਕ ਹੈ ਜੀ ਤੇ ਦੁੱਧ 12 ਤੱਕ ਜਿਹੜਾ ਕਹਿੰਦੇ ਕਿ ਚਵਾ ਦੋਗੇ ਬੱਚਾ ਮਗਰ ਤਾਜ਼ਾ ਹੀ ਆ ਜਿਹੜਾ ਅੱਜ ਦੇਖ ਸਕਦੇ ਬਿਲਕੁਲ ਤਾਜ਼ੀ ਹੈ ਤੇ ਮੈਲਾ ਮੁਲਾ ਮਾਰਨ ਦੀ ਸਟਾਰਟ ਹੀ ਹੈ ਠੀਕ ਹੈ ਜੀ ਬਹੁਤ ਚੰਗੀ ਹੈ ਲੀਵੇ ਲੂਵੇ ਦੀ ਦਿਖਾਓ ਥੱਲੇ ਆਓ ਹੁਣ ਆ ਗਈ ਆਪਣੇ ਕੋਲ ਇੱਕ ਜਰਸੀ ਹੋਰ ਹਾਂ ਕ੍ਰੌਸ ਚ ਥੋੜੀ ਜਿਹੀ ਸ਼ਾਹੀ ਹਾਲ ਚ ਠੀਕ ਹੈ ਜੀ ਇਹ ਵੀ ਠੰਡੀ ਠੰਡੀ ਇਹ ਵੀ ਠੰਡੀ ਤੇਰੀ ਜੇ ਠੰਡੀ ਠੰਡੀ ਠੀਕ ਹੈ ਜੀ ਚਵਾ ਚੂ ਓਕੇ ਇਹਦਾ ਵੀ ਚਵਾ ਵੀ ਦਿਖਾ ਦਿੰਨੇ ਮਾਰਾ ਜੀ ਦਿਖਾ ਦਾ ਫਿਰ ਬਹੁਤ ਚੰਗੀ ਹੈ ਇਹਦੇ ਮਗਰ ਬੱਚਾ ਹੈ ਜੀ ਅੱਛਾ ਹਾਂ ਅੱਛਾ ਜਿਹੜਾ ਇਹਦਾ ਕਿੰਨਾ ਚਿਰ ਹੋ ਗਿਆ ਜੀ ਇਹਨੇ ਸੂਈ ਨਾ ਇਹਨੂੰ ਵੀ ਦੀ ਹੋ ਗਏ 12 13 ਦਿਨ 12 13 ਦਿਨ ਹੋ ਗਏ ਜੀ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਇਹ ਥੱਲੇ 9 ਕਿ ਲੀਟਰ ਹੈ ਮੇਰੇ ਕੋਲ ਕੱਲ ਹੀ ਆਈ ਹੈ ਜੀ ਅੱਛਾ ਤੇ ਉਦਾਂ ਮੈਨੂੰ ਲੱਗਦਾ ਜਿਹਦੇ ਹਿਸਾਬ ਮੈਂ ਖਾਂਦੀ ਪੀਂਦੀ ਹੈ ਵੀ ਬਹੁਤ 12 13 ਕਿਲੋ ਦੇ ਦੂਗੀ ਅੱਛਾ ਠੀਕ ਹੈ ਜੀ ਚੰਗੇ ਹਾਂ ਦੇਖ ਸਕਦੇ ਜੀ ਚਵਾ ਇਹਦਾ ਲੱਗੇ ਤਾਂ ਦੇਖ ਸਕਦੇ ਦਿਖਾਈਏ ਵਿੱਦੀ ਚਵਾ ਇਹਦਾ ਇੱਕ ਵਾਰੀ ਆਪਾਂ ਠੰਡੀ ਧੀੜੀ ਬਹੁਤ ਚਵਾ ਤੇ ਮੋਟਰ ਹੀ ਆ ਦੇ ਠੀਕ ਹੈ ਜੀ ਬਾਕੀ ਠੰਡੀ ਧੀੜੀ ਆ ਇਹ ਚੀਜ਼ ਦਾ ਵਾਧਾ ਵਾ ਪਿਛਲੇ ਥਣਾਂ ਦਾ ਵੀ ਚਵਾ ਦਿਖਾ ਦੇ ਮੈਂ ਬਹੁਤਾ ਤਾਂ ਨਹੀਂ ਥੱਲੇ ਰੋਡ ਦਾ ਪਿਆ ਮੈਂ ਚੱਲ ਹਾਂ ਜੀ ਜਾਂਦਾ ਚੱਲ ਕੋਈ ਨਹੀਂ ਭਾਂਡਾ ਲਿਆ ਪਰ ਤਾਂ ਰਾਜ ਤਸੱਲੀ ਐ ਓਕੇ ਪੂਰਾ ਠੀਕ ਹੈ ਥਣ ਦਿਖਾ ਦੀ ਇੱਕ ਵਾਰੀ ਇੱਕ ਨੰਬਰ ਖੋਲਾ ਹਾਂ ਫਿਰ ਤੋਰੀ ਇੱਕ ਵਾਰੀ ਨਾ ਤੋਰ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਤੇ ਫਿਰ ਇਹਦਾ ਮੁੱਲ ਆਪਾਂ ਤੁਹਾਨੂੰ ਦੱਸਦੇ ਹਾਂ ਦੁੱਧ ਮੌਕੇ ਦੇ ਇਹਦੇ ਕੋਲ ਵੀ 9-10 ਲੀਟਰ ਜਿਹੜਾ ਤਿਆਰ ਦੱਸਦੇ ਬਾਕੀ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੋ ਕੀ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ ਮੁੱਲ ਤਾਂ ਜਿੱਡੀ ਹੈ 35,000 ਦੀ ਕੂੜੇ ਦੀ ਵਿਕਦੀ ਆ ਹਾਂਜੀ ਪਰ ਆਪਾਂ ਅੱਜ ਮੁੱਲ ਜਾਇਜ਼ ਹੀ ਕਰ ਦੇਣੇ ਆ ਕਿੰਨੇ ਦੀ ਇਹ ਹਾਂ ਨਾ 32,000 ਦੀ ਵਛੀ 32,000 ਦੀ ਹਾਂਜੀ ਤੇ ਜੇ ਕੋਈ ਜੋੜਾ ਜਰਸੀਆਂ ਦਾ ਪਾ ਲੂਗਾ ਮਾਨ ਤਾਂ ਹੋਰ ਕਰ ਦੋਗੇ ਹਾਂ 64,000 ਦੇ ਦਾਂਗੇ ਅੱਛਾ ਜੋੜਾ 64,000 ਦਾ 32-32,000 ਦੇ ਸਾਨਾ ਦੇ ਦੋਗੇ ਇਹ ਇਹਦਾ ਹੋਰ ਕਰ ਦਾਂਗੇ ਮਾਨ ਤਾਂ ਉਹਦਾ ਨਹੀਂ ਜੀ ਹੋਣਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਫਿਰ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਥਣਾ ਦੀ ਨੇ ਕੋਈ ਡਰੇ ਵੀ ਥਣ ਕੋਈ ਵੱਧ ਘੱਟ ਹੋ ਜਾਂ ਕੋਈ ਕਮੀ ਹੋਗੀ ਤਾਂ ਹਾਂਜੀ ਹਾਂਜੀ ਗਲਤੀ ਹੋਊਗੀ ਠੀਕ ਹੈ ਉਹਦੀ ਵੀ ਪਿੱਛੇ ਦੀ ਥਾਂ ਦੀ ਗਾਰੰਟੀ ਲਾਵਾਂਗਾ ਬੰਦੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ